ਵੇਖੋ ਬੜੀ ਦੁੱਖ ਦੀ ਗੱਲ ਆ ਕਿ ਸਾਡਾ ਵੀਰ ਜਿਹੜਾ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਔਰ ਉਸ ਦਾ ਜਿਹੜਾ ਕਤਲ ਹੋਇਆ ਉਹਦੀ ਸਿੱਧੀ ਤੇ ਸਿੱਧੀ ਜ਼ਿੰਮੇਵਾਰੀ ਜਿਹੜੀ ਉਹ ਭਗਵੰਤ ਮਾਨ ਜੀ ਦੀ ਬਣਦੀ ਆ ਪੰਜਾਬ ਸਰਕਾਰ ਦੀ ਬਣਦੀ ਕਿਉਂਕਿ ਇਹ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰ ਰਿਹਾ ਵੇਖੋ ਇੱਕ ਸਿਕਿਉਰਿਟੀ ਖੋਹ ਲੈਣੀ ਬਾਅਦ 'ਚ ਨਿਊਜ਼ਪੇਪਰ 'ਚ ਦੇਣਾ ਟੀ ਵੀ ਚੈਨਲਾਂ 'ਤੇ ਦੇਣਾ ਔਰ ਦੱਸਣਾ ਕਿ ਅਸੀਂ ਇਹਨਾਂ ਦੀਆਂ ਸਿਕਿਉਰਿਟੀਆਂ ਵਾਪਸ ਲੈ ਲਈਆਂ ਜੇ ਕਿਸੇ ਨੇ ਕੋਈ ਆਪਦੀ ਰੰਜਿਸ਼ ਕੱਢਣੀ ਹੈ ਤਾਂ ਆਪਦੀ ਕੱਢ ਸਕਦਾ ਔਰ ਸਿੱਧੂ ਮੂਸੇਵਾਲਾ ਉਹ ਬੰਦਾ ਜਿਹੜਾ ਆਏ ਦਿਨ ਵੀਡੀਓ ਦੇ ਵਿੱਚ ਜਾਂ ਟੀ ਵੀ ਚੈਨਲਾਂ 'ਤੇ ਕਹਿੰਦਾ ਸੀਗਾ ਕਿ ਮੇਰਾ ਕੋਈ ਪਤਾ ਨਹੀਂ ਕਿ ਮੇਰੀ ਕਿਹੜੇ ਵੇਲੇ ਕਿੱਥੇ ਮੈਨੂੰ ਕਿਸੇ ਨੇ ਮਾਰ ਦੇਣਾ ਔਰ ਸਰਕਾਰ ਦੇ ਕੰਨ 'ਤੇ ਬਿਲਕੁਲ ਜੂ ਨਹੀਂ ਸਰਕਦੀ ਔਰ ਉਹਨੇ ਬੜਾ ਵਾਸਤਾ ਪਾਇਆ ਜੋ ਮੈਨੂੰ ਸੁਣਨ ਵੇਲੇ ਆਇਆ ਕਿ ਉਹ ਇਹ ਆ ਕਿ ਸ਼ਾਇਦ ਕੱਲ੍ਹ ਵੀ ਉਹ ਭਗਵੰਤ ਮਾਨ ਨੂੰ ਮਿਲ ਚੱਲਿਆ ਸੀਗਾ ਇਸੇ ਬੇਸ 'ਤੇ ਹੀ ਇਸੇ ਵਿਸ਼ੇ 'ਤੇ ਹੀ ਕਿ ਮੈਨੂੰ ਸਿਕਿਉਰਿਟੀ ਜਿਹੜੀ ਉਹ ਮੁਹੱਈਆ ਕਰਵਾਈ ਜਾਵੇ ਅਤੇ ਮੈਂ ਸਮਝਦਾ ਕਿ ਜਿਹੜਾ ਸਾਰਾ ਭਾਣਾ ਵਾਪਰਿਆ ਦਾ ਜਿਹੜਾ ਜ਼ਿੰਮੇਵਾਰ ਆ ਉਹ ਭਗਵੰਤ ਮਾਨ ਇੱਕ ਪਾਸੇ ਦੇਖਿਆ ਜਾਵੇ ਤਾਂ ਕੇਜਰੀਵਾਲ ਦੇ ਜਿਹੜੇ ਪੰਜਾਬ ਪੁਲਿਸ ਦੇ 80 ਜਵਾਨ ਜਿਹੜੇ ਆਪਣੇ ਨਾਲ ਤੈਨਾਤ ਕੀਤੇ ਹੋਏ ਨੇ ਸਿਕਿਉਰਿਟੀ ਨੂੰ ਲੈ ਕੇ ਦੂਜੇ ਪਾਸੇ ਜਿਹਨਾਂ ਕੋਲ 6-6 ਜਾਂ 4-4 ਨੇ ਉਹਦੇ ਕੋਲ 2-2 ਖਿੱਚੀ ਜਾ ਰਹੇ ਨੇ ਵਾਪਸ ਕਿੰਨਾ ਕੁ ਸਹੀ ਸਮਝਦੇ ਵੇਖੋ ਕੱਲ੍ਹ DGP ਦਾ ਇੱਕ ਬਿਆਨ ਮੈਂ ਸੁਣ ਰਿਹਾ ਸੀਗਾ ਬੜਾ ਗੈਰ ਜ਼ਿੰਮੇਵਾਰ ਨਾਲ ਬਿਆਨ ਸੀਗਾ ਇੱਕ ਇਹ DGP ਇਹੋ ਜਿਹੀ ਗੱਲ ਕਵੇ ਕਿ ਘੱਲੂਘਾਰੇ ਨੂੰ ਮੁੱਖ ਰੱਖਦਿਆਂ ਹੀ ਉਹਦੀ ਸਿਕਿਉਰਿਟੀ ਵਾਪਸ ਲਈ ਮੈਂ DGP ਸਾਹਿਬ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਪਹਿਲਾਂ ਤੁਸੀਂ ਵੀ ਇੱਕ ਲਿਸਟ ਜਾਰੀ ਕਰੋ ਜਿਹੜੀ ਤੁਹਾਡੀ ਸਿਕਿਉਰਿਟੀ 'ਚੋਂ ਕਿੰਨੇ ਬੰਦੇ ਜਿਹੜੇ ਆ ਘੱਲੂਘਾਰੇ ਵਾਸਤੇ ਆਏ ਆ ਭਗਵੰਤ ਮਾਨ ਜੀ ਦੀ ਸਿਕਿਉਰਿਟੀ 'ਚੋਂ ਕਿੰਨੇ ਬੰਦੇ ਘੱਲੂਘਾਰੇ ਵਾਸਤੇ ਆਏ ਆ ਚਾਹੇ ਕੇਜਰੀਵਾਲ ਚਾਹੇ ਰਾਘਵ ਚੱਡਾ ਚਾਹੇ ਭਗਵੰਤ ਮਾਨ ਜੀ ਦੀ ਮਾਤਾ ਚਾਹੇ ਉਹਨਾਂ ਦੀ ਭੈਣ ਜੀ ਦੀ ਸਿਕਿਉਰਿਟੀ 'ਚੋਂ ਕਿੰਨੇ ਬੰਦੇ ਘੱਲੂਘਾਰੇ ਵਾਸਤੇ ਇੱਥੇ ਭੇਜੇ ਗਏ ਆ ਇਹ ਦੱਸ ਦੇਣ ਉਹ ਯਾਰ ਜਿਹੜੇ ਲੋਕਾਂ ਨੂੰ ਉਹਦੇ ਖਤਰਾ ਉਹਨਾਂ ਦੀਆਂ ਤੁਸੀਂ ਸਿਕਿਉਰਿਟੀਆਂ ਖੋ ਕੇ ਉਹਨਾਂ ਲੋਕਾਂ ਨੂੰ ਮਰਵਾ ਹੀ ਜਾਂਦੇ ਹੋ ਇਹਨਾਂ ਨੇ ਮਰਵਾ ਕੇ ਰੱਖਤਾ ਮਾਂ ਦਾ ਪੁੱਤ ਇਹ ਜ਼ਿੰਮੇਵਾਰੀ ਸਿੱਧੀ ਸਿੱਧੀ ਭਗਵੰਤ ਮਾਨ ਦੀ ਕਿੰਨੀ ਵੱਡੀ ਚੁਣੌਤੀ ਸਮਝਦੇ ਪੁਲਿਸ ਨੂੰ ਕਿ ਗੈਂਗਵਾਰ ਹੋਣ ਤੋਂ ਬਾਅਦ ਪੋਸਟਾਂ ਪਾਈਆਂ ਜਾਂਦੀਆਂ ਨੇ ਪੋਸਟਾਂ ਪਾ ਕੇ ਦੱਸਿਆ ਜਾ ਰਿਹਾ ਕਿ ਅਸੀਂ ਕੀਤਾ ਇਹ ਸਭ ਕੁਝ ਤਾਂ ਪੁਲਿਸ ਨਿਹੱਤੀ ਹੋ ਕੇ ਬੈਠੀ ਹੈ ਉਹਦੇ ਹੱਥ ਕੁਛ ਨਹੀਂ ਲੱਗ ਰਿਹਾ ਫੇਲੀਅਰ ਆ ਸਾਰਾ ਪੁਲਿਸ ਦਾ ਜਮਾਂ ਹੀ ਫੇਲ ਹੋ ਕੇ ਰਹਿ ਗਈ ਪੁਲਿਸ ਦੇ ਕੋਈ ਵੱਸ ਦੀ ਗੱਲ ਹੀ ਨਹੀਂ ਰਹਿ ਗਈ ਮੈਂ ਤਾਂ ਚਾਹੁੰਦਾ ਵਾਂ ਕਿ ਪੁਲਿਸ ਆਪਦੇ ਹੈੱਡਕੁਆਰਟਰ ਹੀ ਬਚਾ ਲਵੇ ਬੜੀ ਜਵਾਨਗੀ ਵਾਲੀ ਗੱਲ ਆ ਸਾਨੂੰ ਤਾਂ ਇਹਨਾਂ ਲੋਕਾਂ ਨੇ ਕਿੱਥੋਂ ਬਚਾਉਣਾ ਸਾਡਾ ਤਾਂ ਰੱਬ ਹੀ ਰਾਖਾ ਹੁਣ ਜੋ ਵੇਖੀ ਜਾਊਗੀ ਮੈਂ ਤੁਹਾਨੂੰ ਵੀ ਆਪਦੀ ਥੋੜ੍ਹੀ ਜਿਹੀ ਗੱਲ ਦੱਸਣੀ ਚਾਹੁੰਦਾ ਮੈਂ ਅੱਜ ਤੱਕ ਕਿਸੇ ਨਾਲ ਮੀਡੀਆ ਦੇ ਸਾਹਮਣੇ ਗੱਲ ਨਹੀਂ ਕੀਤੀ ਕਿਉਂਕਿ ਅਸੀਂ ਸਾਡਾ ਜਿਹੜਾ ਅਸੀਂ ਪੋਲੀਟੀਕਲ ਬੰਦੇ ਆ ਨਾ ਸਾਨੂੰ ਤਾਂ ਜੇ ਕੋਈ ਸਾਡੇ 'ਤੇ ਵਾਪਰਦੀ ਅਸੀਂ ਕਈ ਵਾਰ ਉਹਨੂੰ ਦੱਬ ਜਾਂਦੇ ਹਾਂ ਆਪਦੀ ਇੱਜ਼ਤ ਭਾਲ ਖਾਤਰਨ ਦੇ ਕਾਰਨ ਕਿਉਂਕਿ ਲੋਕਾਂ ਨੇ ਇਹ ਕਹਿਣਾ ਕਿ ਸ਼ਾਇਦ ਇਹ ਲੋਕ ਜਿਹੜੇ ਆ ਇਹਨਾਂ ਨੂੰ ਗਨਮੈਨ ਚਾਹੀਦੇ ਹੋਣੇ ਤਾਂ ਕਰਕੇ ਇਹੋ ਜਿਹੀਆਂ ਗੱਲਾਂ ਕਰਦੇ ਆ ਮੈਨੂੰ ਸਭ ਤੋਂ ਪਹਿਲਾਂ ਇੱਕ ਥਰੈਟ ਆਉਂਦੀ ਆ 18/12/2018 ਔਰ ਮੈਂ ਕੰਪਲੇਂਟ ਕਰਦਾ ਪੁਲਿਸ ਨੂੰ ਕਿ ਮੈਨੂੰ ਇਸ ਨੰਬਰ ਤੋਂ ਇੱਕ ਥਰੈਟ ਆਈ ਆ ਅਤੇ ਮੈਨੂੰ ਉਹਨੇ ਜਾਨੂ ਮਾਰਨ ਦੀ ਧਮਕੀ ਦਿੱਤੀ ਆ ਮੇਰੇ ਘਰ ਪੁਲਿਸ ਆਉਂਦੀ ਉਹ ਬਿਆਨ ਲਿਖਦੀ ਆ ਬਿਆਨ ਲਿਖ ਕੇ ਉਹ ਚਲੇ ਜਾਂਦੀ ਕਿਉਂਕਿ ਮੇਰਾ ਤਾਂ ਫਰਜ਼ ਆ ਪੁਲਿਸ ਦੇ ਧਿਆਨ 'ਚ ਲੈਣਾ ਜਦੋਂ ਮੈਨੂੰ ਦੂਜੀ ਥਰੈਟ ਆਉਂਦੀ ਵੀ ਤਾਂ ਮੋਬਾਈਲ ਨੰਬਰ ਮੈਂ ਦਿੰਦਾ ਰਿਹਾ ਇਹਨਾਂ ਨੂੰ ਪੁਲਿਸ ਨੂੰ SHO ਕੰਬੋ ਮੇਰੇ ਬਿਆਨ ਲੈ ਕੇ ਗਿਆ ਆ ਕੇ ਘਰ ਯਾਦਵਿੰਦਰ ਸਿੰਘ ਇੱਕ ਉਹਦੇ ਨਾਲ ਚੌਂਕੀ ਇੰਚਾਰਜ ਸੀਗਾ ਬੱਲ ਕਲਾਂ ਦਾ ਉਸ ਤੋਂ ਬਾਅਦ 2/4/19 ਨੂੰ 18 ਤੋਂ ਬਾਅਦ 2/4/19 ਨੂੰ ਫਿਰ ਮੈਨੂੰ ਥਰੈਟ ਆਉਂਦੀ ਮੈਂ ਫਿਰ ਵਿਦ ਨੰਬਰ ਇਹਨਾਂ ਨੂੰ ਜਿਹੜੀ ਆ ਪੰਜਾਬ ਪੁਲਿਸ ਨੂੰ ਮੈਂ ਲੈਟਰ ਪਾਈ ਉਸ ਤੋਂ ਬਾਅਦ 3/3/20 ਨੂੰ ਮੈਂ ਤਾਂ ਦੱਸੋ ਜੇ ਸਾਨੂੰ ਥਰੈਟ ਆਉਂਦੀ ਆ ਸਾਡਾ ਤਾਂ ਫਰਜ਼ ਇਹ ਹੋਇਆ ਕਿ ਪੰਜਾਬ ਪੁਲਿਸ ਦੇ ਧਿਆਨ 'ਚ ਲਿਆਈਏ ਪੁਲਿਸ ਦੇ ਕੋਈ ਕੰਨ 'ਤੇ ਜਿਹੜੀ ਆ ਜੂ ਨਹੀਂ ਸਰਕਦੀ ਫਿਰ ਮੈਂ ਇੱਕ RTI ਪਾਈ ਕਿ ਯਾਰ ਮੈਨੂੰ ਇਹ 3 ਵਾਰੀ ਥਰੈਟ ਆ ਚੁੱਕੀ ਆ ਕਿ ਮੈਨੂੰ ਇਹਦਾ ਕੋਈ ਪ੍ਰੂਫ ਸਬੂਤ ਹੀ ਦੇ ਦਿਓ ਕਿ ਕੋਈ ਚੱਕਰ ਕੀ ਆ ਤੁਸੀਂ ਇਹਦਾ ਕੀ ਮਸਲਾ ਕੋਈ ਹੱਲ ਕੀਤਾ ਮੈਂ ਜਦੋਂ RTI ਪਾਉਣਾ ਪੱਤਰ ਨੰਬਰ 336 SB ਆ ਲਓ RTI ਦਾ ਬਿਆਨ ਕੀ ਆਉਂਦਾ ਅੱਗੋਂ ਇਹ ਉਹ RTI ਜਿਹੜੀ ਮੈਂ ਪਾਈ ਸੀਗੀ ਇਹਦਾ ਬਿਆਨ ਵੇਖੋ ਕਿੱਡਾ ਹੱਸ ਹੋਣਾ ਪੁਲਿਸ ਦੀ ਹਾਲਾਤ ਵੇਖੋ ਤੁਸੀਂ ਇਹਨਾਂ ਸਾਨੂੰ ਕਿੱਥੋਂ ਬਚਾ ਲੈਣਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਜਿੱਥੇ ਬਹਿ ਕੇ ਮੇਰੇ ਜਿੱਥੇ ਬਿਆਨ SHO ਲੈ ਕੇ ਗਿਆ ਅੰਮ੍ਰਿਤਸਰ ਦਿਹਾਤੀ ਨੂੰ ਅਤੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਏਰੀਆ ਇਹ ਦਿਹਾਤੀ 'ਚ ਆਉਂਦਾ ਅਤੇ ਸ਼ਹਿਰ 'ਚ ਆਉਂਦਾ ਉਹ ਕਹੀ ਜਾਂਦਾ ਜੀ ਤੁਸੀਂ ਦਿਹਾਤੀ 'ਚ ਕੰਪਲੇਂਟ ਕੀਤੀ ਆ ਤੁਸੀਂ ਸ਼ਹਿਰ 'ਚ ਜਾਓ ਇੱਕ ਉੱਤੋਂ ਮੈਨੂੰ ਆ ਰਿਹਾ ਕਿ ਇਹ ਦਿਹਾਤੀ 'ਚ ਆ ਅਤੇ ਤੁਸੀਂ ਰਹੀਦੇ ਸ਼ਹਿਰ 'ਚ ਜੇ ਸ਼ਹਿਰ 'ਚ ਕੰਪਲੇਂਟ ਕਰੋ ਚਲੋ ਮੈਂ ਉਹ ਵੀ ਭਾਣਾ ਮੰਨ ਗਿਆ ਪੁਲਿਸ ਦਾ ਮੈਂ ਕੋਈ ਗੱਲ ਨਹੀਂ ਲੇਟੈਸਟ ਕੀ ਹੋਇਆ ਮੈਂ ਆਪਦੇ ਫਾਰਮ 'ਤੇ ਬੈਠਾ ਸੀਗਾ 29/3/2022 ਮਾਰਚ ਦੀ ਗੱਲ ਹੈ 29 ਮਾਰਚ ਦੀ ਗੱਲ ਮੈਂ ਉੱਥੇ ਬੈਠਾ ਉੱਥੇ ਇੱਕ ਬਲੈਕ ਕਲਰ ਦੀ ਗੱਡੀ ਆਉਂਦੀ ਆ ਰਾਤ ਨੂੰ ਤਕਰੀਬਨ ਕੋਈ 9:30-10 ਵਜੇ ਦਾ ਟਾਈਮ ਸੀਗਾ ਮੈਂ ਉੱਥੋਂ ਨਿਕਲ ਨਹੀਂ ਲੱਗਾ ਸੀਗਾ ਉਹ ਗੱਡੀ ਪਹਿਲਾਂ ਬੰਦਾ ਬਾਹਰ ਨਿਕਲ ਕੇ ਦੋ ਬੰਦੇ ਸੀਗੇ ਬਾਹਰ ਨਿਕਲ ਕੇ ਇੱਕ ਫਾਇਰ ਕਰ ਦਿਓ ਜਦੋਂ ਮੇਰਾ ਡਰਾਈਵਰ ਬਾਹਰ ਸੀਗਾ ਮੇਰਾ ਡਰਾਈਵਰ ਆਲਰੇਡੀ ਬਾਹਰ ਖੜਾ ਸੀਗਾ ਇਹ ਭੱਜ ਕੇ ਅੰਦਰ ਵੜਦਾ ਇਹਨੇ ਸਾਨੂੰ ਆਵਾਜ਼ ਮਾਰੀ ਅਸੀਂ 3 ਬੰਦੇ ਹੋਰ ਅੰਦਰ ਬੈਠੇ ਸੀਗੇ 2 ਮੇਰੇ ਨੌਕਰ ਸੀਗੇ ਇੱਕ ਮੈਂ ਸੀਗਾ ਅਸੀਂ ਜਦੋਂ ਬਾਹਰ ਨਿਕਲਦੇ 2 ਫਾਇਰ ਫੇਰ ਹੁੰਦੇ ਆ ਔਰ ਉਹ ਗੱਡੀ ਉੱਥੋਂ ਨਿਕਲ ਜਾਂਦੀ ਜਦੋਂ ਗੱਡੀ ਉੱਥੋਂ ਨਿਕਲਦੀ ਆ ਮੈਂ ਉਸੇ ਵੇਲੇ DSP ਟਾਰੀ ਔਰ ਸਾਡੇ SP ਅਮਨਦੀਪ ਜਿਹਨਾਂ ਦਾ ਮੇਰੇ ਕੋਲ ਪੁਰਾਣਾ ਨੰਬਰ ਹੈਗਾ ਮੇਰੇ ਕੋਲ ਨੰਬਰ ਵੀ ਨਹੀਂ ਹੈਗਾ ਨਵੇਂ ਪੁਲਿਸ ਵਾਲਿਆਂ ਦਾ ਮੈਂ SP ਅਮਨਦੀਪ ਉਹਨਾਂ ਦੇ ਧਿਆਨ 'ਚ ਲਿਆਉਂਦੀ ਗੱਲ
उस वे मैं एस एच ओ का फोन आता डी एस पी का फोन आता और डी एस पी आके एफ आई आर दर्ज करते हैं। उस तो बाद मैं एस एस पी साहब को बड़ी बार रिक्वेस्ट की और गड्डी उस इलाके के बेची पांच छे सत्त अठ कैमरों के गड्डी आई है पुलिस गड्डी नहीं ट्रेस कर सकी। मैं एस एस पी को गया मैं डी एस पी को पता नहीं किन्ने फोन किए मैं एस एच ओ न फिर मैं हार के इस गल करके मैं तो कोई उदो सिक्योरिटी नहीं मंगी मैं इन्होंने इन्ना कहा कि मैनू यो ट्रेस कर दौ कि यह गड्डी है कि दी है बंदे कौन सी यह लैन की आए इधर मेरा राह ही नहीं इन्होंने लोगों का इधर है ये मेरे फार्म तक लैन की आ गई और कैमरिया के लंघी गड्डी हो तो पुलिस ट्रेस ही नहीं कर सकी पुलिस साबित ही नहीं कर सकी अज तक नहीं हुई। मैं हर एक अफसर को गया इस इशू में लैके किसी ने सुनी नहीं तो जो कोई भाणा वापर जाता घटना हो जाती है फिर कह देंगे जी सिट बिठा दी है जी सिट जी वो जल्दी तो जल्दी की करनिया सिटा सिर च मारनिया हुई सिटा जो माँ का पुत नौजवान मर गया अज कला 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 माँ का पुत चल गया जिदा उन्होंने पुछो जाके वो एड्डी वड्डी बेचारे ने कोठी बनाई मेहनत करके एड्डा वड्डा महल पाया अज मड़ी बन के रह गई सिद्धू मूसे वाले मैं ना भाजी तुम सुखचैन जी इतने बचना ही नहीं किसी ने जो हालात बन रहे हैं जो हालात बन सू बहर नंबर तो फोन आते ही चुकते ही नहीं कोई मेरा एक भी कढ़ा के खा दिन मैं बहर नंबर तो कहता फोन चुकता वा मेरी डिटेल कढ़ा दे सकता मैं चुकता ही नहीं जुम्मेवारी चुकन पहला कतल की जुम्मेवारी चुकन कदा टाइम देने लोग ये जुम्मेवारी चुकन के हाँ साड़ी अणगहली करके सिद्धू मूसेवाले का कतल होया साडे को आके रोंदा रहा पिटता रहा सिक्योरिटी की मांग करता रहा सिक्योरिटी क्यों नहीं दी इन्हें क्यों सिक्योरिटी विड्रॉ की। हाँ डी जी पी कह रहा कि बुलेट प्रूफ गड्डी नहीं लग गया कोई सरकारी गड्डी थोड़ा सी उसकी आपकी प्राइवेट गड्डी है बुलेट प्रूफ सरकार ने तो दी नहीं उन्होंने यह नहीं पता कि सरकारी गड्डी है तो जो आपकी उन्हें प्राइवेट गड्डी तैयार कराई बहुत शर्म वाली गल राइट साइड से के डी जी पी बैठा वह भी हस रहा यार मेरी कोई रिश्तेदारी सांझ नहीं कि सिद्धू मूसेवाले ना वो पर उस बंदे ने एक पंजाब दे विच पंजाब दा खास करके मानसे दा नाम वर्ल्ड च मशहूर किया उस बंदे ने है ते अज माँ दा पुत मर गया ते जे पुलिस अफसर एडे सीनियर अफसर उठ के प्रैस कॉन्फ्रेंस दे विच हस के प्रैस कॉन्फ्रेंस करन ते बड़ी शर्म वाली गल हसो ही नहीं इन लोगों लिए तो की कहते उसके चिड़िया की मौत गौरां दे हासे वाली गल आ ये तो लोग हसन दे उसकी मौत अगे दी कार्ज प्रणाली असीं किस तरह देखते हैं घल्लूघारा भी आरंभ हर वारी घल्लूघारे ते भावें थोड़ी ते चाहे ज्यादा कोई ना कोई उस चीज हुंदी हुंदी आ इस वार तैयारियां की समझदे पहली वारी सरकार आम आदमी पार्टी सत्ता दे विच आई आ देखो मैं ते गल कहना कि यार अपना बचाव करो जथेदार जी ने बयान देता मॉडर्न हथियारों का की गलत किया जी दसो दिन जवाब है किन्ना विरोध किया भगवंत मान भी पिटिया इस गल तो जे वो मॉडर्न हथियार फिर करिए जे हथियार ना रखिए कोल तो करिए मर्जी है फिर गोलियां खा के आ जाइए लोगों को सरकार जी लोगों मराउन ते होगी आ। हाँ आज जिन्हें गनमैन लोगों तो वापस लाए वो सरकार कमलिया जिन्होंने लोगों सिक्योरिटियां दतिया जे ये भगवंत मान अज 850 के करीब आपके को गनमैन रख सकता तो की गल बाकी बंदे अच्छा जेडे इन्हों के हल्के इंचार्ज आ जोड़े हरे आ दस दस गनमैन लाई फिरते उन्होंने कदा खतरा है तीजे तीजे नंबर पर आए कई उन्होंने को दस दस गनमैन अज की तरीक तो दसो उन्होंने खतरा तो जेडे लंबे समय तो पोलीटल बंद विचर रहे हैं इलाक विचर रहे हैं मैं इलैक्शन टाइम भी मेरे एक गोली चली उ गुजरपुरे इलाके मैनू नहीं पता कि चलाई समझ नहीं आई अभी वह भी किसी को कंप्लेट नहीं की चुप करके मैं यार एक मंच धार जी लिया कि जिन्ना चेर इस चीज़ सवास उस परमात्मा ने लिखी उन्हें चलने फिर इन्हें कितने बचा लेना पर हाँ कितना कितने सिक्योरिटी का जरूर डर पै दुश्मन हों कि यार वो कोई सरकारी सिक्योरिटी है उदा तो ही प्राइवेट लाई फिर की वैल्यू उन्होंने बंदे की वह बेचारे दो नाल भी पता नहीं पूरे हो गए कि बच गया रब जानता वो भी तो दो उन्होंने तो गोलियां बज गई तो बड़ी माड़ी गल है जी वेखो हौसला किडे हौसले वध गए मैं ना जोगी यार गुणा चंगा उन्हें सारे टंगते उ उन्हें तो शांत करती यूपी अगे पंजाब च कितें गल चलती होंगी कि यूपी बिहार ना बन जाता यूपी बिहार ना यूपी बिहार संभल गया पंजाब अज यूपी बिहार बन गया भगवंत मान दबाव दूगा इन्होंने गलों का भगवंत मान को चाहिए इन्होंने गलों बारे दर्शन दसना कि क्यों नहीं आपकी सिस्टर की सिक्योरिटी वो तो मैं तो कह चुका कि घल्लूघारा उन्होंने कि कटौती हुई
हाँ लोगों दिया सिंह साहब ज्ञानी हरप्रीत सिंह की सिक्योरिटी वापस ले ली, रघुवीर सिंह उन्होंने सिक्योरिटी वापस ले ली, सारे सीनियर लीडर की सिक्योरिटी वापस ले ली। वो दिन दूर नहीं कि कतल डे बाई डे हो गए, डेली कतल हो गए। इतने जो हालात पंजाब के अज की तरीक बन गए, भगवंत मान, भगवंत मान दसो पुछो कि जो अकाली दल की कांग्रेस की सरकार ही तू क्यों सिक्योरिटी रखी, तेनों की खतरा है फिर? जे अज तू दूजे लीडर दिया सारे दिन वापस ले लिया तो आप दी यार तेन तेनों भी तो सुखबीर सिंह बादल या कैप्टन अमरिंदर सिंह तो सिक्योरिटी वापस करा ही सकता है, पर सियाने से उन्होंने पता सगा कि कल को यह कोई नुकसान हो गया तो सरकार के सिर पर मिले जाते हैं। पंजाब की आम आदमी पार्टी को समझ नहीं लगती कि या फिर पंजाब की आम आदमी पार्टी की जी कमान है वो दिल्ली में वा, इस करके सारा बिल्कुल कमान दिल्ली तो चल रही है। पर यार कुछ ना कुछ आपका भी बंदे दिमाग वरतना चाहिए ना। मैं तो डी जी पी साहब न कहना कि डी जी पी साहब आ लो हाथ जोड़ते हैं तेरे घड़ी, आखो बचाओ मावा के पुत बचाओ, ये फुकरे बंद मगर लग के तुम स्टैप चुकी जाते हो, तुम इन्हों सही गाइड करो, इन्हों दसो कि इन्होंने लोगों को वाकई सिक्योरिटी की लड़ है, इन्होंने देनी चाहिए। राजा कड़ेंगे ने कहा कि राष्ट्रपति शासन लगना चाहिए जो पंजाब का माहौल है खराब होता, बिल्कुल बिल्कुल लगना चाहिए, फिर बचाव होना वा इन्ह के हाथ से कोई वागडोर रह गई जदों यार डर पै ही नहीं है अफसर इन्हों का, कोई गल ही नहीं करने वाली रह गई। लोगों के मावा के पुत मर दे बेचारा संदीप नंगल अंबिया वर्गे एडे मेहनत कर करके यार बंदे प्लेयर बनते हैं, तुम दो घंटे सैर करो तो अगे बैठते डिग पे चो कि मेहनत करके यार चोटी के प्लेयर बने हैं, तो अज उन्हें बंद कतल हो जाए तो की बीतते वे छोटे छोटे बच्चे ही बिल्कुल अही जी उस फैमिली के नाल। हाँ देखो चाहे वह कांग्रेस वालों इलैक्शन लड़िया साढ़े कोई विचारां दे मतभेद हो सकते हैं पर इंसानियत के नाते ही सारे एक हैं, असी उस परिवार के नाल आ। मैं तो आपके पार्टी प्रधान साहब नूं बेनती करना कि आप ठो के पार्टी बाजी तो उपर उठ के उस परिवार के नाल खड़ना और खड़ रहे सारे खड़ रहे, कोई दूर आम नहीं।